ਜੇਲ੍ਹ ਚੋਂ ਸਰਕਾਰ। ਦਿੱਲੀ ਦੇ ਮੁੱਖ ਮੰਤਰੀ ਬੇਸ਼ੱਕ ਜੇਲ੍ਹ ਵਿੱਚ ਨੇ, ਪਰ ਇਸ ਦੇ ਬਾਵਜੂਦ ਵੀ ਉਹ ਜੇਲ੍ਹ ਵਿੱਚੋਂ ਲਗਾਤਾਰ ਸੁਨੇਹੇ ਭੇਜ ਰਹੇ ਨੇ, ਯਾਨੀ ਕਿ ਸਰਕਾਰ ਚਲਾ ਰਹੇ ਨੇ। ਤਾਂ ਅੱਜ ਸਭ ਤੋਂ ਅਹਿਮ ਖਬਰ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਮੰਤਰੀ ਸੌਰਵ ਭਾਰਦਵਾਜ ਦੀ ਤਿਹਾੜ ਜੇਲ੍ਹ ਵਿੱਚ ਮੁਲਾਕਾਤ ਹੈ। ਮੰਨਿਆ ਜਾ ਰਿਹਾ ਹੈ ਕਿ ਤਿਹਾੜ ਜੇਲ੍ਹ ਵਿੱਚੋਂ ਅਰਵਿੰਦ ਕੇਜਰੀਵਾਲ ਦਾ ਕੋਈ ਨਵਾਂ ਸੁਨੇਹਾ ਆ ਸਕਦਾ ਹੈ। ਸੌਰਵ ਭਾਰਦਵਾਜ ਦੇ ਰਾਹੀਂ ਅਰਵਿੰਦ ਕੇਜਰੀਵਾਲ ਆਪਣੀ ਸਰਕਾਰ ਜਾਂ ਫਿਰ ਦਿੱਲੀ ਵਾਸੀਆਂ ਦੇ ਲਈ ਕੋਈ ਸੁਨੇਹਾ ਜਾਰੀ ਕਰ ਸਕਦੇ ਨੇ। ਇਸ ਤੋਂ ਪਹਿਲਾਂ ਵੀ ਦਿੱਲੀ ਦੇ ਲੋਕਾਂ ਲਈ ਅਤੇ ਆਪਣੀ ਸਰਕਾਰ ਦੇ ਲਈ ਕੇਜਰੀਵਾਲ ਨੇ ਸੰਦੇਸ਼ ਜਾਰੀ ਕੀਤਾ ਸੀ। ਇੱਥੋਂ ਤੱਕ ਕਿ ਸੁਨੀਤਾ ਕੇਜਰੀਵਾਲ, ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਦੇ ਪਤਨੀ ਨੇ, ਉਹਨਾਂ ਨੇ ਉਹ ਸੁਨੇਹਾ ਲੋਕਾਂ ਨੂੰ ਪੜ੍ਹ ਕੇ ਵੀ ਸੁਣਾਇਆ ਸੀ। ਤਾਂ ਅੱਜ ਮੰਨਿਆ ਜਾ ਰਿਹਾ ਹੈ ਕਿ ਸੌਰਵ ਭਾਰਦਵਾਜ ਦੀ ਇਹ ਮੁਲਾਕਾਤ ਕੇਜਰੀਵਾਲ ਨਾਲ ਖਾਸੀ ਅਹਿਮ ਰਹਿਣ ਵਾਲੀ ਹੈ, ਕਿਉਂਕਿ ਇਸ ਉੱਤੇ ਨਜ਼ਰਾਂ ਟਿੱਕੀਆਂ ਹੋਈਆਂ ਨੇ। ਇਸ ਮੁਲਾਕਾਤ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਕੋਈ ਸੰਦੇਸ਼ ਜਾਰੀ ਕੀਤਾ ਜਾ ਸਕਦਾ, ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਸੰਦੇਸ਼ ਨੇ ਜਿਹੜੇ ਜਾਂ ਕੁਝ ਸੁਨੇਹੇ ਨੇ ਉਹ ਕੇਜਰੀਵਾਲ ਹੋਰਾਂ ਵੱਲੋਂ ਜੇਲ੍ਹ 'ਚੋਂ ਦਿੱਤੇ ਜਾ ਚੁੱਕੇ ਨੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਤਿਹਾੜ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਨਾਲ ਮੁਲਾਕਾਤ ਕਰ ਚੁੱਕੇ ਨੇ। ਇੱਥੋਂ ਤੱਕ ਕਿ ਜੇਲ੍ਹ ਪ੍ਰਸ਼ਾਸਨ ਉੱਤੇ ਵੀ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਗਏ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਅੱਤਵਾਦੀਆਂ ਵਾਲਾ ਸਲੂਕ ਦਿੱਲੀ ਦੇ ਮੁੱਖ ਮੰਤਰੀ ਨਾਲ ਕੀਤਾ ਜਾ ਰਿਹਾ ਹੈ। ਨਾਲ ਦੀ ਨਾਲ ਇਨਸੋਲਿਨ ਨੂੰ ਲੈ ਕੇ ਵੀ, ਉਹਨਾਂ ਦੀ ਸ਼ੂਗਰ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਖੜ੍ਹੇ ਕੀਤੇ ਜਾ ਰਹੇ ਸੀ। ਹਾਲਾਂਕਿ ਪਿਛਲੇ ਦਿਨੀ ਉਹਨਾਂ ਨੂੰ ਇਨਸੋਲਿਨ ਦਿੱਤੀ ਜਾਣ ਲੱਗੀ ਹੈ ਏਮਸ ਦੇ ਡਾਕਟਰਾਂ ਦੀ ਮਦਦ ਦੇ ਨਾਲ। ਤਾਂ ਸੌਰਵ ਭਾਰਦਵਾਜ ਦੀ ਅੱਜ ਦੁਪਹਿਰ ਨੂੰ ਮੁਲਾਕਾਤ ਹੋਵੇਗੀ। ਇਸ ਮੁਲਾਕਾਤ ਦੇ ਕੀ ਮਾਇਨੇ ਨੇ? ਕੀ ਕੇਵਲ ਹਾਲ ਚਾਲ ਪੁੱਛ ਕੇ ਹੀ ਵਾਪਸ ਆ ਜਾਣਗੇ ਜਾਂ ਫਿਰ ਸੰਦੇਸ਼ ਲੈ ਕੇ ਬਾਹਰ ਕੋਈ ਆਉਣਗੇ, ਜਾਂ ਦਿੱਲੀ ਵਾਸੀਆਂ ਨੂੰ ਕੋਈ ਸੁਨੇਹਾ ਕੇਜਰੀਵਾਲ ਦੇਣਗੇ, ਜਾਂ ਫਿਰ ਦਿੱਲੀ ਸਰਕਾਰ ਨੂੰ ਕੋਈ ਨਵੇਂ ਹੁਕਮ ਜਾਰੀ ਕੀਤੇ ਜਾਣਗੇ?